ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਹੈ ਠੀਕ ਠਾਕ ਹੋਵੋਗੇ, ਤੁਸੀਂ ਤੰਦਰੁਸਤ ਹੋਵੋਗੇ। ਅਤੇ ਟਾਈਮ ਹੋ ਗਿਆ ਜੀ ਹੁਣ ਸਵੇਰ ਦਾ 8:30 ਦਾ, ਅਤੇ ਮੈਂ ਰਾਤ ਜਿਹੜਾ ਕੱਲ੍ਹ ਵਾਲਾ ਵਲੋਗ ਸੀਗਾ ਮੇਰੇ ਲਈ ਤਾਂ ਉਹ ਰਾਤ ਹੀ ਸੀਗੀ, ਕਿਉਂਕਿ ਰਾਤ ਵਲੋਗ ਖਤਮ ਕਰਿਆ ਸੀਗਾ ਅਤੇ ਅੱਜ ਮੋਰਨਿੰਗ 'ਚ ਮੈਂ ਅਗਲਾ ਸਟਾਰਟ ਕੀਤਾ। ਮੈਂ ਤੁਹਾਨੂੰ ਨਾ ਆਪਣੇ ਵਾਲ ਦਿਖਾਉਣੇ ਚਾਹੁੰਦੀ ਸੀ, ਕਿਉਂਕਿ ਕੱਲ੍ਹ ਵਾਲੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਆਪਾਂ ਨੈਚੁਰਲ ਕਲਰ ਬਣਾਇਆ ਸੀਗਾ ਉਹ ਲਾ ਕੇ ਦਿਖਾਇਆ ਸੀ, ਅਤੇ ਮੈਂ ਕੱਪੜੇ ਨਾਲ ਚੰਗੀ ਤਰ੍ਹਾਂ ਉਹਨੂੰ ਸਾਫ਼ ਕੀਤਾ ਸੀ, ਹੈ ਨਾ। ਉਦੋਂ ਬਾਅਦ ਦੇਖੋ ਤੁਸੀਂ, ਮੈਂ ਰਾਤ ਉਦੋਂ ਹੀ ਲਾਇਆ ਸੀਗਾ ਅਤੇ ਉਦੋਂ ਹੀ ਤਾਂ ਆਪਣਾ ਪੈਣ ਦਾ ਟਾਈਮ ਸੀਗਾ। ਮੈਂ ਆਪਣੇ ਪਿੱਲੋ ਦੇ ਉੱਪਰ ਇਹ ਵਿਛਾ ਕੇ ਰੱਖਦੀ ਹੁੰਦੀ ਹਾਂ, ਵੈਸੇ ਵੀ ਮੇਰੀ ਆਦਤ ਹੈ ਕਿਉਂਕਿ ਮੈਂ ਤੇਲ ਲਾਉਣੀ ਹੈ ਸਰ ਨੂੰ। ਅਤੇ ਇਹਦੇ ਵਿੱਚ ਤੁਸੀਂ ਦੇਖੋ, ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ, ਇਹ 'ਤੇ ਕੋਈ ਵੀ ਕਲਰ ਨਹੀਂ ਆਇਆ ਬਿਲਕੁਲ ਵੀ। ਇੱਕ ਮਿੰਟ, ਲਓ ਜੀ ਦੇਖੋ, ਕਲਰ ਕੋਈ ਨਹੀਂ ਆਇਆ। ਤੁਹਾਨੂੰ ਥੋੜ੍ਹੀ ਥੋੜ੍ਹੀ ਸੰਧਿਆਈ ਜ਼ਰੂਰ ਮਾੜੀ ਮੋਟੀ ਬੇਸ਼ੱਕ ਦਿਖਦੀ ਹੋਵੇ, ਇਹ ਤਾਂ ਮੇਰੇ ਪਿੱਲੋ ਦੇ ਉੱਪਰ ਜਿਹੜੀ ਵਿਛੀ ਹੁੰਦੀ ਹੈ ਇੰਨੀ ਕੁ ਤਾਂ ਆਉਂਦੀ ਰਹਿੰਦੀ ਹੈ, ਕਿਉਂਕਿ ਮੈਨੂੰ ਹੈਗੀ ਆਦਤ ਤੇਲ ਲਾਉਣ ਦੀ। ਠੀਕ ਹੈ, ਕਲਰ ਬਿਲਕੁਲ ਨਹੀਂ ਆਇਆ, ਬਲੈਕ ਕੁਛ ਨਹੀਂ ਲੱਗਿਆ, ਪਰ ਵਾਲ ਮੇਰੇ ਜ਼ਰੂਰ ਬਲੈਕ ਹੋ ਗਏ। ਜਿਹੜਾ ਤੁਹਾਨੂੰ ਤੇਲ ਦਿਖ ਰਿਹਾ ਉਹ ਤੇਲ ਦੀ ਸੰਧਿਆਈ ਹੈ। ਸੋ ਮੇਰੇ ਕਲਰ ਹੈ ਜਿਹੜੇ ਉਸੇ ਤਰ੍ਹਾਂ ਹੀ ਬਲੈਕ ਪਏ ਨੇ, ਆਹ ਦੇਖੋ, ਨਹੀਂ ਤਾਂ ਮੈਨੂੰ ਹੁਣ ਸਵੇਰੇ ਪੈ ਜਾਣੀ ਸੀ ਕਾਹਲੀ ਵੀ ਮੈਂ ਕਲਰ ਲਾਵਾਂ, ਪਰ ਮੈਂ ਹੁਣ ਕਲਰ ਨਹੀਂ ਲਾ ਰਹੀ। ਅੱਜ ਮੈਂ ਹੈੱਡ ਵਾਸ਼ ਕਰਨਾ ਸੀਗਾ, ਮੈਂ ਕਿਹਾ ਵਾਲ ਧੋਣ ਤੋਂ ਪਹਿਲਾਂ ਭੈਣਾਂ ਨੂੰ ਦਿਖਾ ਦਾਂ, ਫਿਰ ਮੈਂ ਦਿਖਾਊਂਗੀ ਤੁਹਾਨੂੰ ਵਾਲ ਧੋਣ ਤੋਂ ਬਾਅਦ ਕਿੰਨੇ ਵਾਲ ਮੇਰੇ ਚਿੱਟੇ ਨਿਕਲਣਗੇ, ਅਤੇ ਤੁਹਾਡੇ ਸਾਹਮਣੇ ਹੀ ਫਿਰ ਮੈਂ ਉਹ ਲਾ ਕੇ ਤੁਹਾਨੂੰ ਡਾਈ ਦਿਖਾਊਂਗੀ। ਉਹ ਇੱਕ ਤਰ੍ਹਾਂ ਦਾ ਤੇਲ ਹੀ ਸਮਝੋ ਉਹਨੂੰ, ਤੁਸੀਂ ਆਰਾਮ ਨਾਲ ਜਦੋਂ ਮਰਜ਼ੀ ਲਾਓ, ਜਦੋਂ ਵੀ ਤੁਹਾਡੇ ਵਾਲ ਤੁਹਾਨੂੰ ਲੱਗਣ ਕਿ ਚਿੱਟੇ ਹੋ ਰਹੇ ਨੇ ਅੱਗੋਂ, ਚੌਥੇ ਦਿਨੋਂ ਲਾਓ, ਪੰਜਵੇਂ ਦਿਨੋਂ ਲਾਓ, ਤੀਜੇ ਦਿਨੋਂ ਲਾਓ, ਕਿਉਂਕਿ ਉਸ ਦੇ ਵਿੱਚ ਕੁਛ ਵੀ ਖਰਾਬ ਨਹੀਂ ਹੈਗਾ, ਸਾਰੀਆਂ ਨੈਚੁਰਲ ਚੀਜ਼ਾਂ ਨੇ ਔਰ ਤੁਹਾਡੇ ਵਾਲਾਂ ਲਈ ਅਤੇ ਤੁਹਾਡੀ ਸਕਿਨ ਵਾਸਤੇ ਵੀ ਬਹੁਤ ਅੱਛੀਆਂ ਨੇ। ਠੀਕ ਹੈ ਜੀ, ਹੁਣ ਮੈਂ ਵਾਲ ਧੋਣ ਚੱਲੀ ਸੀ ਇਸ ਕਰਕੇ ਮੈਂ ਤੁਹਾਨੂੰ ਦਿਖਾਇਆ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਪਹਿਲਾਂ ਆਪ ਕਰਕੇ ਦੇਖਦੀ ਹੁੰਦੀ ਹਾਂ, ਮੈਂ ਤਾਂ ਹੀ ਤੁਹਾਨੂੰ ਦੱਸਦੀ ਹਾਂ, ਕਿਉਂਕਿ ਬਾਅਦ 'ਚ ਤੁਸੀਂ ਕਮੈਂਟਾਂ ਦੇ ਵਿੱਚ ਕਹੀ ਜਾਓਗੇ ਕਿ ਇਹ ਗਲਤ ਹੋ ਗਿਆ ਜੀ, ਇਸ ਤਰ੍ਹਾਂ ਹੋ ਗਿਆ। ਉਸ ਤੋਂ ਪਹਿਲਾਂ ਕਿਉਂ ਨਾ ਮੈਂ ਆਪਦੇ 'ਤੇ ਹੀ ਇਹ ਨੁਸਖਾ ਸੀਗਾ ਜਿਹੜਾ ਉਹ ਕਰਕੇ ਦੇਖ ਲੈਂਦੀ, ਮੈਂ ਪਹਿਲਾਂ ਖੁਦ ਐਕਸਪੀਰੀਅੰਸ ਕਰਦੀ ਹਾਂ ਫਿਰ ਮੈਂ ਤੁਹਾਨੂੰ ਦੱਸਦੀ ਹਾਂ। ਸੋ ਜੋ ਵੀ ਸੀਗਾ ਉਹ ਸਾਰਾ ਕੁਛ ਮੈਂ ਤੁਹਾਨੂੰ ਦਿਖਾਤਾ ਅੱਜ, ਮੇਰੇ ਵਾਲ ਤੁਸੀਂ ਦੇਖ ਲਓ, ਕੋਈ ਐਂ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਚਿੱਪੂ ਹੋ ਗਏ ਨੇ, ਕੁਛ ਨਹੀਂ ਹੋਇਆ ਅਤੇ ਨਾ ਹੀ ਇਹ ਹੱਥਾਂ ਨੂੰ ਕੁਛ ਲੱਗ ਰਿਹਾ ਹੁਣ। ਠੀਕ ਹੈ ਜੀ, ਸੋ ਮੈਂ ਵਾਲ ਧੋਇਆ ਵਾਂ, ਫਿਰ ਤੁਹਾਨੂੰ ਦਿਖਾਊਂਗੀ ਕਿ ਮੇਰੇ ਕਿੰਨੇ ਵਾਈਟ ਵਾਲ ਹੋਏ ਪਏ ਨੇ, ਪਰ ਹੁਣ ਮੈਂ ਕਲਰ ਨਹੀਂ ਲਾਉਣਾ ਹੈਗਾ, ਮੈਨੂੰ ਵੀ ਇਹ ਬਹੁਤ ਵਧੀਆ ਨੁਸਖਾ ਮਿਲ ਗਿਆ ਅਤੇ ਮੈਂ ਕਲਰ ਹੁਣ ਨਹੀਂ ਲਾਉਣਾ ਹੈਗਾ, ਮੈਂ ਇਹੀ ਚੀਜ਼ ਲਾਇਆ ਕਰੂੰਗੀ, ਕਿਉਂਕਿ ਮੈਨੂੰ ਤਾਂ ਤੇਲ ਲਾਉਣ ਦੀ ਆਦਤ ਹੈ, ਮੇਰੇ ਲਈ ਤਾਂ ਇੱਕ ਤੇਲ ਹੀ ਹੈ ਬਸ। ਚਲੋ ਠੀਕ ਹੈ ਜੀ, ਵਾਲ ਧੋ ਲਾਂ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ। ਵਾਲ ਧੋ ਲੈਣੇ ਆਪਾਂ, ਦੇਖੋ ਤੁਸੀਂ ਮੇਰੇ ਵਾਲ ਕਿੰਨੇ ਚਿੱਟੇ ਨੇ, ਲਓ ਇੱਥੋਂ ਵੀ ਤੁਹਾਨੂੰ ਚਿੱਟੇ ਦਿਖਣਗੇ, ਮੈਂ ਨਿਕਲਾ ਦੇਣੀ, ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਹੁਣ ਕਿੱਥੋਂ ਕਿੱਥੇ ਚਿੱਟੇ ਨੇ। ਮੈਨੂੰ ਐਂ ਲੱਗਦਾ ਵੀ ਜਿਹੜਾ ਮੈਂ ਰਾਤ ਲਾਇਆ ਸੀਗਾ ਇੱਕ ਰਾਤ ਦੇ ਵਿੱਚ ਹੀ ਇਫੈਕਟ ਦਿਖਾ ਗਿਆ। ਦੇਖ ਲਓ ਮੇਰੇ ਵਾਲ ਕਿੰਨੇ ਹੁਣ ਚਿੱਟੇ ਦਿਖਾਈ ਦਿੰਦੇ ਨੇ, ਕਿਉਂਕਿ ਇੱਥੋਂ ਨਾ ਕਾਫੀ ਜ਼ਿਆਦਾ ਚਿੱਟੇ ਸੀਗੇ ਅਤੇ ਹੁਣ ਮੈਨੂੰ ਉਹਨੇ ਲੱਗ ਨਹੀਂ ਰਹੇ, ਪਤਾ ਨਹੀਂ ਤਾਂ ਮੈਨੂੰ ਐਨਕ ਤੋਂ ਬਿਨਾਂ ਨਹੀਂ ਲੱਗ ਰਹੇ, ਪਤਾ ਲੱਗਦਾ ਹੋਊਗਾ। ਹਾਂ ਇੱਥੋਂ ਦੇਖੋ ਘਟੇ ਪਏ ਨੇ, ਇੱਕ ਰਾਤ ਦੇ ਵਿੱਚ ਹੀ ਮੇਰਾ ਖਿਆਲ ਆ ਰੰਗ ਚੜ੍ਹ ਗਿਆ ਉਹਨਾਂ ਨੂੰ, ਸ਼ਾਇਦ ਥੋੜ੍ਹਾ ਅਸਰ ਹੁੰਦਾ ਹੋਵੇ ਕਿਉਂਕਿ ਵਿੱਚ ਮਹਿੰਦੀ ਵੀ ਤਾਂ ਹੁੰਦੀ ਹੈ ਨਾ ਉਹਦੇ, ਤਾਂ ਇਸ ਕਰਕੇ ਉਹਦਾ ਅਸਰ ਵੀ ਹੁੰਦਾ ਹੋਣਾ, ਅਤੇ ਮੈਨੂੰ ਉਨੇ ਨਹੀਂ ਲੱਗ ਰਹੇ ਜਿੰਨੇ ਮੇਰੇ ਇੱਥੋਂ ਇੱਥੋਂ ਚਿੱਟੇ ਸੀਗੇ, ਅੱਜ ਮੈਨੂੰ ਘੱਟ ਲੱਗ ਰਹੇ ਨੇ, ਰਾਤ ਹੀ ਲਾਇਆ ਸੀ ਉਹ ਮੈਂ, ਅਤੇ ਮੈਨੂੰ ਥੋੜ੍ਹਾ ਜਿਹਾ ਫਰਕ ਲੱਗਦਾ ਕਿਉਂਕਿ ਮਹਿੰਦੀ ਨੇ ਆਪਦਾ ਅਸਰ ਛੱਡਿਆ ਹੋਊਗਾ। ਸੋ ਭੈਣੋ ਤੁਸੀਂ ਪਲੀਜ਼ ਲਾਉਂਦੀਆਂ ਰਹੋ, ਅਤੇ ਇਹ ਆਪਦਾ ਅਸਰ ਜ਼ਰੂਰ ਦਿਖਾਊਗਾ, ਇੱਥੇ ਇੱਥੇ ਚਿੱਟੇ ਹੈਗੇ ਨੇ ਅਤੇ ਉਹ ਆਪਾਂ ਹੁਣ ਲਾ ਲੈਂਦੇ ਹਾਂ, ਕਰ ਲਾਂਗੇ ਕਾਲੇ ਹੁਣ ਹੀ, ਤੁਹਾਡੇ ਸਾਹਮਣੇ ਲਾ ਕੇ ਦਿਖਾਊਂਗੀ ਮੈਂ, ਅਤੇ ਫਿਰ ਆਪਾਂ ਅੱਜ ਜਾਣਾ ਹੈਗਾ ਕਿਤੇ ਸੰਸਕਾਰ 'ਤੇ ਜਾਣਾ। ਠੀਕ ਹੈ ਜੀ, ਮੈਨੂੰ ਥੋੜ੍ਹਾ ਜਿਹਾ ਫਰਕ ਇੱਥੋਂ ਲੱਗਦਾ ਹੈ ਕਿਉਂਕਿ ਮਹਿੰਦੀ ਨੇ ਵੀ ਤਾਂ ਰੰਗ ਦਿੱਤਾ ਹੋਊਗਾ ਨਾ ਉਹਦਾ, ਇੱਥੋਂ ਥੋੜ੍ਹੇ ਘੱਟ, ਕੱਲ੍ਹ ਮੇਰੇ ਬਹੁਤ ਜ਼ਿਆਦਾ ਸੀਗੇ ਇੱਥੇ ਚਿੱਟੇ ਚਿੱਟੇ, ਅਤੇ ਪਰ ਹੁਣ ਨਹੀਂ ਹੈਗੇ ਕਿਉਂਕਿ ਪੂਰੀ ਰਾਤ ਤਾਂ ਉਹ ਲੱਗਿਆ ਰਿਹਾ ਤੇਲ ਮੇਰੇ ਸਿਰ ਨੂੰ। ਚਲੋ ਠੀਕ ਹੈ ਜੀ, ਲਾਉਂਦੇ ਹਾਂ ਆਪਾਂ ਫਿਰ।
ਫਿਰ ਦਿਖਾਉਂਦੇ ਹਾਂ ਤੁਹਾਨੂੰ, ਮੈਂ ਲਾਊਂਗੀ ਤੁਹਾਡੇ ਸਾਹਮਣੇ ਲਾਊਂਗੀ ਕਿ ਕਿਸ ਤਰ੍ਹਾਂ ਲਾਉਣਾ ਹੈਗਾ। ਠੀਕ ਹੈ ਜੀ, ਲਓ ਜੀ ਮੇਰਾ ਇਸੇ 'ਤੇ ਦੋ ਬਲੌਗ ਆ ਜਿਹੜੇ ਇਸੇ 'ਤੇ ਲੱਗ ਗਏ ਇਸ ਕੰਮ 'ਤੇ, ਕਿਉਂਕਿ ਮੈਂ ਤੁਹਾਡੀ ਪੂਰੀ ਤਸੱਲੀ ਕਰਾਉਣਾ ਚਾਹੁੰਦੀ ਹਾਂ। ਅਤੇ ਵਾਲ ਮੈਂ ਤੁਹਾਨੂੰ ਦਿਖਾ ਤੇ ਕਿ ਮੇਰੇ ਕਿੰਨੇ ਚਿੱਟੇ ਨੇ, ਕਾਫੀ ਜ਼ਿਆਦਾ ਵਾਲ ਚਿੱਟੇ ਹੋਏ ਪਏ ਨੇ, ਅਤੇ ਹੁਣ ਆਪਾਂ ਇਹਨਾਂ ਨੂੰ ਕਾਲੇ ਕਰਦੇ ਹਾਂ। ਅੱਜ ਮੈਂ ਕੋਟਨ ਨਾਲ ਕਰ ਰਹੀ ਹਾਂ, ਵੈਸੇ ਤਾਂ ਇਹ ਹੱਥਾਂ ਨੂੰ ਚੜ੍ਹਦਾ ਨਹੀਂ ਹੈਗਾ, ਪਰ ਫਿਰ ਵੀ ਕੋਟਨ ਦੇ ਨਾਲ ਇਹ ਚੰਗੀ ਤਰ੍ਹਾਂ ਸਾਰੇ ਲੱਗ ਜਾਂਦਾ ਹੈ। ਲਓ ਜੀ ਬਿਲਕੁਲ ਹੀ ਇਸ ਤਰ੍ਹਾਂ ਆਪਾਂ ਕਲਰ ਆ ਜਿਹੜਾ ਇੱਦਾਂ ਲਾ ਲਾਂਗੇ ਇਹ। ਜਿੱਥੇ ਜਿੱਥੇ ਆਪਾਂ ਨੂੰ ਜ਼ਿਆਦਾ ਚਿੱਟੇ ਲੱਗਦੇ ਨੇ ਇੱਦਾਂ ਕਰਕੇ ਉੱਥੇ ਉੱਥੇ ਆਪਾਂ ਲਾਉਂਦੇ ਜਾਵਾਂਗੇ। ਠੀਕ ਹੈ ਜੀ, ਲਾ ਲਓ। ਜ਼ਿਆਦਾਤਰ ਵਾਲ ਆਪਣੇ ਕੰਨਾਂ ਕੁੰਨਾਂ ਕੋਲ ਹੁੰਦੇ ਨੇ, ਉੱਥੇ ਆਪਾਂ ਨੂੰ ਲਾਉਣਾ ਪੈਂਦਾ ਇਹ। ਆਹ ਦੇਖੋ ਜਿਵੇਂ ਇੱਥੇ ਮੇਰੇ ਵਾਲ ਚਿੱਟੇ ਨੇ, ਲੋ ਕਵਰ ਕਰ ਦਿੰਦੇ ਹਾਂ ਇਹਨਾਂ ਨੂੰ ਆਪਾਂ ਅੱਜ, ਕਿਉਂਕਿ ਜਿਹੜੇ ਕੈਮੀਕਲ ਵਾਲੇ ਕਲਰ ਹੁੰਦੇ ਨੇ ਉਹ ਆਪਾਂ ਥੋੜ੍ਹਾ ਜਿਹਾ ਹੀ ਲਾਉਣੇ ਆ। ਮੈਂ ਤਾਂ ਵੀਕਲੀ ਜਦੋਂ ਸੰਡੇ ਨੂੰ ਲਾਉਂਦੀ ਸੀ ਤੇ ਫਰੰਟ ਫਰੰਟ ਤੇ ਇੱਥੇ ਤੇ ਬਸ ਆ ਚੀਰ ਦੇ ਵਿੱਚ ਇੰਨਾ ਕੱਪਾ ਲਾ ਲੈਂਦੇ, ਜ਼ਿਆਦਾ ਤਾਂ ਸਾਰੇ ਸਿਰ 'ਚ ਤਾਂ ਲਾਇਆ ਵੀ ਨਹੀਂ ਜਾਂਦਾ ਇੰਨੀ ਛੇਤੀ। ਤੇ ਪਰ ਇਹ ਚੀਜ਼ ਹੈ ਜਿਹੜੀ, ਇਹਨੂੰ ਆਪਾਂ ਆਰਾਮ ਨਾਲ ਲਾ ਸਕਦੇ ਹਾਂ ਜਿੰਨਾ ਮਰਜ਼ੀ, ਭਾਵੇਂ ਸਾਰੇ ਸਿਰ 'ਚ ਲਾ ਲਈਏ ਇਹਨੂੰ ਆਪਾਂ, ਕਿਉਂਕਿ ਇਹ ਤਾਂ ਸਾਰੇ ਸਿਰ 'ਚ ਫਾਇਦਾ ਹੀ ਕਰੂਗੀ, ਆਪਾਂ ਨੂੰ ਨੁਕਸਾਨ ਤਾਂ ਆਪਣਾ ਕਰਨਾ ਨਹੀਂ ਹੈਗਾ ਇਹਨੇ। ਲਓ ਜੀ ਸਾਰੀਆਂ ਭੈਣਾਂ ਇਸ ਤਰ੍ਹਾਂ ਲਾ ਸਕਦੀਆਂ ਨੇ, ਬਿਲਕੁਲ ਵੀ ਚਿੱਟੇ ਵਾਲ ਆਪਾਂ ਹੁਣ ਨਹੀਂ ਰੱਖਣੇ ਹੈਗੇ। ਠੀਕ ਹੈ ਜੀ, ਆ ਲਓ। ਅੱਗੇ ਨਾ ਮੇਰੇ ਇੱਥੋਂ ਵਾਲ ਇਸ ਤਰ੍ਹਾਂ ਆਏ ਚਿੱਟੇ ਚਿੱਟੇ ਨਿਕਲੇ ਆਉਂਦੇ ਹੁੰਦੇ, ਉਹ ਆਪਾਂ ਜਦੋਂ 2-4 ਦਿਨ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਕਦੇ ਕਿਤੋਂ ਚੀਰ ਜਾ ਨਿਕਲਿਆ ਹੁੰਦਾ ਚਿੱਟੇ ਜਿਹੇ ਵਾਲਾਂ ਦਾ ਕਦੇ ਕਿਤੋਂ, ਜੇ ਕਿਤੇ ਸੂਈਆਂ ਵੀ ਆਪਾਂ ਲਾਉਂਦੇ ਹਾਂ ਨਾ, ਮੈਨੂੰ ਤਾਂ ਆਦਤ ਹੈ ਸੂਈਆਂ ਲਾਉਣ ਦੀ, ਤੇ ਜਿੱਥੋਂ ਵੀ ਆਪਾਂ ਐਂ ਸੂਈ ਲਾਉਂਦੇ ਆ ਫਿਰ ਉੱਥੋਂ ਨਿਕਲੇ ਆਉਂਦੇ ਨੇ, ਹਨਾ। ਤੇ ਬੜਾ ਅਜੀਬ ਜਿਹਾ ਲੱਗਦਾ ਹੁੰਦਾ, ਚੰਗਾ ਨਹੀਂ ਲੱਗਦਾ ਹੁੰਦਾ ਆਪਦੇ ਆਪ ਨੂੰ। ਲਓ ਜੀ ਹੁਣ ਆਪਾਂ ਇੱਥੇ ਲਾ ਲੈਂਦੇ ਹਾਂ। ਸੋ ਇਸ ਤਰ੍ਹਾਂ ਕੋਟਨ ਦੇ ਨਾਲ ਆਪਣੇ ਸਾਰੇ ਵਧੀਆ ਤਰੀਕੇ ਨਾਲ ਲੱਗ ਜੂਗਾ। ਲਓ ਥੋੜਾ ਜਿਹਾ ਜਿਹੜਾ ਗਾੜਾ ਜਿਹਾ ਹੋਊਗਾ ਉਹਨੂੰ ਲਾ ਲਿਆ ਕਰੋ। ਅੱਜ ਵਾਲਾਂ ਨੂੰ ਆਪਾਂ ਪੂਰੀ ਵਧੀਆ ਖੁਰਾਕ ਦੇ ਰਹੇ ਹਾਂ, ਪਹਿਲਾਂ ਇਹਨਾਂ ਨੂੰ ਆਪਾਂ ਖਰਾਬ ਕਰ ਰਹੇ ਸੀ, ਡੈਡ ਹੋ ਰਹੇ ਸੀ ਪਹਿਲਾਂ ਇਹ ਵਿਚਾਰੇ ਕੈਮੀਕਲਸ ਦੇ ਨਾਲ, ਪਰ ਹੁਣ ਇਹ ਦੁਬਾਰਾ ਤੋਂ ਸਰਵਾਈਵ ਕਰਨਗੇ। ਲਓ ਜੀ ਮੇਰੇ ਖਿਆਲ ਚ ਕਾਫੀ ਹੋ ਗਏ, ਜੇ ਕਿਤੇ ਰਹਿ ਜਾਣਗੇ ਇਹਨਾਂ ਦਾ ਕੋਈ ਚੱਕਰ ਨਹੀਂ ਆ, ਆਪਾਂ ਫੇਰ ਲਾ ਲਾਂਗੇ। ਠੀਕ ਹੈ ਜੀ, ਹੁਣ ਆਪਣੇ ਕੋਲ ਇਹ ਰੱਖਿਆ ਹੋਇਆ ਕੱਪੜਾ ਇੱਕ,
ਤੇ ਇਹਦੇ ਨਾਲ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਪੂੰਝ ਵੀ ਲੈਣਾ ਸਾਰੇ ਨੂੰ। ਲੋ ਜਿਹੜਾ ਉੱਪਰ ਉੱਪਰ ਜੇ ਲੱਗਿਆ ਉਹਨੂੰ ਆਪਾਂ ਪੂੰਝ ਲਾਂਗੇ, ਕਿਉਂਕਿ ਰੂਟਸ ਹੀ ਆਉਂਦੀਆਂ ਹੁੰਦੀਆਂ ਨੇ ਜ਼ਿਆਦਾ ਚਿੱਟੀਆਂ ਤਾਂ, ਸਾਰੇ ਵਾਲ ਤਾਂ ਆਪਣੇ ਚਿੱਟੇ ਹੁੰਦੇ ਨਹੀਂ। ਹੁਣ ਜਿੱਥੇ ਰਹਿ ਗਏ ਮੈਨੂੰ ਦਿਖਦੇ ਨੇ ਉਹ ਉੱਥੇ ਮੈਂ ਹੋਰ ਲਾ ਲੂੰਗੀ। ਆਹ ਦੇਖੋ ਮੈਨੂੰ ਇੱਥੇ ਇੱਕ ਦਿਖਦੇ ਨੇ, ਹੁਣ ਜੇ ਤੁਹਾਨੂੰ ਕਿਤੇ ਦਿਖਦੇ ਆ ਤਾਂ ਮੈਨੂੰ ਦੱਸ ਦਿਓ, ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਹੁਣ। ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ। ਲਓ ਉਤਰਦਾ ਨਹੀਂ ਹੈ ਇਹ ਵਾਲਾਂ ਤੋਂ, ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਪੂੰਝ ਵੀ ਦਿੰਦੇ ਹਾਂ ਨਾ ਜੀ, ਇਹ ਨਾ ਸੋਚਿਓ ਵੀ ਇਹ ਉਤਰ ਜੂਗਾ। ਲਓ ਆਪਾਂ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਸਾਫ ਕਰ ਦੇਣਾ ਉੱਪਰੋਂ ਉੱਪਰੋਂ, ਤੇ ਅੰਦਰਲੇ ਪਾਸੇ ਜਿਹੜਾ ਲਾਇਆ ਬਿਰਲਾਂ ਕਰਕੇ ਉਹਨਾਂ ਦਾ ਤਾਂ ਕੋਈ ਚੱਕਰ ਨਹੀਂ, ਉਹ ਤਾਂ ਅੰਦਰ ਨੀਚੇ ਰੂਟਸ ਦੇ ਵਿੱਚ ਚਲਿਆ ਗਿਆ, ਤੇ ਪਰ ਉੱਪਰੋਂ ਉੱਪਰੋਂ ਆਪਾਂ ਇਹਨੂੰ ਸਾਫ ਕਰ ਦਾਂਗੇ। ਲਓ ਜੀ ਹੁਣ ਆਪਾਂ ਬਿਲਕੁਲ ਚੰਗੀ ਤਰ੍ਹਾਂ ਵਾਲ ਆਪਣੇ ਸਾਫ ਕਰ ਲਏ ਨੇ, ਤੇ ਆਰਾਮ ਨਾਲ ਆਪਾਂ ਦੁਪੱਟਾ ਵਗੈਰਾ ਲੈ ਸਕਦੇ ਹਾਂ। ਠੀਕ ਹੈ ਜੀ, ਤੇ ਹੁਣ ਵਾਲਾਂ ਨੂੰ ਵਾਹ ਲਾਂਗੇ ਆਪਾਂ। ਜਦੋਂ ਵਾਲਾਂ ਨਾਲ ਵਾਵਾਂਗੇ ਕੰਘੇ ਵਿੱਚ ਵੀ ਹੁੰਦੇ ਹੋਏ ਆਪਣੇ ਸਾਰੇ ਵਾਲਾਂ ਤੇ ਵੀ ਇਸ ਤਰ੍ਹਾਂ ਇਹਦਾ ਅਸਰ ਜਿਹੜਾ ਆ ਜਾਊਗਾ। ਲਓ ਵਾਲ ਬਹੁਤ ਮਜ਼ਬੂਤ ਬਣਨਗੇ ਇਹਦੇ ਨਾਲ, ਬਹੁਤ ਜ਼ਿਆਦਾ। ਵਾਲ ਟੁੱਟਣ ਦੀ ਸਮੱਸਿਆ ਤਾਂ ਬਿਲਕੁਲ ਹੀ ਹੱਲ ਹੋਜੂਗੀ, ਤੇ ਵਾਲ ਚਿੱਟੇ ਰੱਖਣ ਦੀ ਸਮੱਸਿਆ ਵੀ ਬਿਲਕੁਲ ਹੱਲ ਹੋਜੂਗੀ। ਠੀਕ ਹੈ ਜੀ, ਲਓ ਜੀ ਹੁਣ ਆਪਾਂ ਵਾਲ ਵਾਹ ਲਈਏ, ਵਾਹ ਲਏ ਸਮਝ ਲਓ, ਚੀਰ ਕੱਢ ਲਾਂ ਮੈਂ। ਹਾਂ ਲਓ ਜੀ ਹੁਣ ਆਪਾਂ ਨੀਚੇ ਨੀਚੇ ਜਿਹੜਾ ਤੇਲ ਲਾਉਣਾ ਹੈਗਾ ਉਹ ਕੋਈ ਵੀ ਲਾ ਸਕਦੇ ਹਾਂ। ਵੈਸੇ ਮੈਨੂੰ ਲੋੜ ਮਹਿਸੂਸ ਨਹੀਂ ਹੋ ਰਹੀ ਹੁਣ ਨੀਚੇ। ਲਓ ਜੀ ਜਿੰਨਾ ਵੀ ਆਪਾਂ ਮਟੀਰੀਅਲ ਬਣਾਇਆ ਸੀਗਾ ਉਹ ਮੈਂ ਇੱਕ ਛਾਨਣੀ ਦੇ ਨਾਲ, ਜਿਹੜੀ ਆਪਣੀ ਥੋੜ੍ਹੀ ਜਿਹੀ ਵੱਡੀ ਛਾਨਣੀ ਜਿਹਦੇ ਨਾਲ ਆਪਾਂ ਦੁੱਧ ਵਗੈਰਾ ਪਾਉਂਦੇ ਹਾਂ, ਉਹਦੇ ਨਾਲ ਆਪਾਂ ਪੁਣ ਲਿਆ। ਤੇ ਇਹਦੇ ਵਿੱਚ ਜੋ ਵੀ ਰੜਕਦਾ ਜਾਂ ਸੀਗਾ ਡਲੀਆਂ ਜਿਹੀਆਂ ਬਰੀਕ ਬਰੀਕ, ਕਿਉਂਕਿ ਉਹ ਆਪਾਂ ਕਲੌਂਜੀ ਵਗੈਰਾ ਜਿਹੜੀ ਪੀਸੀ ਸੀਗੀ ਮੇਥੀ ਦਾਣਾ ਉਹ ਚੰਗੀ ਤਰ੍ਹਾਂ ਨਹੀਂ ਪੀਸਿਆ ਗਿਆ ਸੀ, ਇਸ ਕਰਕੇ ਆਪਾਂ ਨੂੰ ਪੁਣਨਾ ਪਿਆ। ਹੁਣ ਇਹ ਜਿਹੜਾ ਪੇਸਟ ਬਣ ਕੇ ਰੈਡੀ ਹੋ ਗਿਆ ਇਹਨੂੰ ਮੈਂ ਇੱਕ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਲਿਆ, ਹੁਣ ਮੈਂ ਇਹਨੂੰ ਰੱਖ ਦਿੰਦੀ ਹਾਂ ਫਰਿੱਜ 'ਚ, ਤੇ ਜਿਵੇਂ ਹੀ ਮੈਨੂੰ ਲੋੜ ਪਿਆ ਕਰੂਗੀ ਮੈਂ ਇਹਨੂੰ ਯੂਜ਼ ਕਰ ਲਿਆ ਕਰੂੰਗੀ। ਠੀਕ ਹੈ ਜੀ, ਇਸੇ ਤਰ੍ਹਾਂ ਆਪਾਂ ਇਹਨੂੰ ਬੰਦ ਕਰ ਦਿੰਦੇ ਹਾਂ।
ਲਓ ਜੀ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ। ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੋਈ ਹੈ, ਮੈਨੂੰ ਤਾਂ ਜੀ ਬਹੁਤ ਵਧੀਆ ਲੱਗਦੀ ਆ। ਹੁਣ ਪਤਾ ਨਹੀਂ ਤੁਸੀਂ ਜਦੋਂ ਬਣਾਓਗੇ ਤੁਹਾਨੂੰ ਫਿਰ ਪਤਾ ਲੱਗੂਗੀ, ਫਿਰ ਮੈਂ ਬਾਕੀ ਦੀ ਗੱਲ ਤੁਹਾਡੇ ਨਾਲ ਬੈਠ ਕੇ ਕਰਦੀ ਹਾਂ। ਇਹਨੂੰ ਮੈਂ ਸਾਂਭਦੇ ਹਾਂ, ਲਓ ਜੀ ਆਪਾਂ ਨਾ ਰੋਟੀ ਬਣਾਉਂਦੇ ਬਣਾਉਂਦੇ ਅੱਜ ਗੱਲ ਕਰਦੀ ਹਾਂ ਹੁਣ ਮੈਂ ਤੁਹਾਡੇ ਨਾਲ, ਕਿਉਂਕਿ ਕਾਫੀ ਲੇਟ ਹੋ ਗਈ। ਮੈਂ ਅੱਜ ਕਈ ਪਾਸੇ ਮੈਨੂੰ ਜਾਣਾ ਪਿਆ, ਬੀਬੀ ਨੂੰ ਤੇ ਮੈਨੂੰ, ਪੂਰਾ ਦਿਨ ਸਾਡਾ ਬਸ ਇੱਦਾਂ ਹੀ ਲੰਘਿਆ। ਇੱਕ ਤਾਂ ਆਪਣੇ ਗੁਆਂਢ ਦੇ ਵਿੱਚ ਡੈਥ ਹੋ ਗਈ ਇੱਕ ਬਾਈ ਜੀ ਦੀ, ਤੇ ਸੰਸਕਾਰ ਤੇ ਜਾਣਾ ਸੀਗਾ। ਉਦੋਂ ਬਾਅਦ ਫਿਰ ਅਸੀਂ ਬੀਬੀ ਨੇ ਦਵਾਈ ਲੈਣੀ ਸੀਗੀ ਹੋਮੋਪੈਥੀ, ਤੇ ਬੀਬੀ ਦੇ ਨਾ ਥੋੜੇ ਥੋੜੇ ਹੱਥਾਂ ਦੀ ਖਾਰਿਸ਼ ਜੀ ਹੋਣ ਲੱਗ ਗਈ ਸੀਗੀ, ਤੇ ਉਹ ਲੈ ਕੇ ਆਏ। ਉੱਥੇ ਕਾਫੀ ਟਾਈਮ ਲੱਗਾ, 1.5 ਘੰਟਾ ਲੱਗ ਗਿਆ। ਆ ਕੇ ਅਸੀਂ ਮੈਨੂੰ ਲੱਗਦਾ 1 ਵਜੇ ਰੋਟੀ ਖਾਈ ਹੈ ਸਵੇਰ ਵਾਲੀ, ਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਫਿਰ 2 ਵੀਡੀਓ ਬਣਾਈਆਂ ਕੱਪੜਿਆਂ ਵਾਲੀਆਂ, ਤੇ ਫਿਰ ਜਾਣਾ ਸੀਗਾ ਇੱਥੇ ਕਿਸੇ ਦੀ ਖਬਰ ਲੈਣ, ਫਿਰ ਉੱਥੇ ਗਈਆਂ। ਉਸ ਤੋਂ ਬਾਅਦ ਫਿਰ ਉਹ ਭੈਣ ਜੀ ਕੇ ਜਿਹੜੇ ਬਾਈ ਜੀ ਦੀ ਡੈਥ ਹੋਈ ਆ ਉਹਨਾਂ ਦੇ ਘਰੇ ਗਏ, ਆਪਣੇ ਬਿਲਕੁਲ ਨਾਲ ਘਰ ਹੈ, ਤੇ ਫਿਰ ਹੁਣ ਆਏ ਹਾਂ। ਤੇ ਆ ਕੇ ਬਸ ਹੁਣ ਮੈਂ ਆਖਿਆ ਚੱਲ ਮੈਂ ਫੁਲਕੇ ਫੁਲਕੇ ਬਣਾਵਾਂ, ਤੇ ਹੁਣ ਫੁਲਕੇ ਬਣਾਉਣ ਲੱਗੀ ਆ। ਫੁਲਕੇ ਬਣਾਉਂਦੀ ਬਣਾਉਂਦੀ ਤੁਹਾਡੇ ਨਾਲ ਗੱਲ ਕਰ ਲੈਣੀ ਆ, ਫਿਰ ਆਪਾਂ ਵਲੌਗ ਦਾ ਇੱਥੇ ਐਂਡ ਕਰ ਦਾਂਗੇ। ਬਸ ਉਹ 1-2 ਗੱਲਾਂ ਬਸ ਇਹੀ ਕਰਨੀਆਂ ਨੇ ਤੁਹਾਡੇ ਨਾਲ, ਕਿ ਆਪਾਂ ਕੁਛ ਕੁ ਭੈਣਾਂ ਦੇ ਸਵਾਲ ਸੀਗੇ ਕਿ ਆਪਾਂ ਇਹ ਜਿਹੜਾ ਡਾਈ ਹੈ, ਡਾਈ ਵੈਸੇ ਕਹੀਏ ਨਾ ਇਹਨੂੰ, ਆਪਾਂ ਇਹ ਤਾਂ ਨੈਚੁਰਲ ਹੀ ਆ ਕੋਈ ਚੀਜ਼ ਬਸ, ਹਨਾ, ਕਈ ਚੀਜ਼ਾਂ ਮਿਲਾ ਕੇ ਆਪਾਂ ਨੈਚੁਰਲ ਕਲਰ ਤਿਆਰ ਕੀਤਾ, ਤੇ ਇਹਨੂੰ ਕਹਿੰਦੇ ਵੀ ਲਾ ਕੇ ਆਪਾਂ ਪਿੱਛੋਂ ਨਹਾਉਣਾ ਹੈ। ਜੇ ਆਪਾਂ ਨਹਾ ਲਾਂਗੇ ਜੀ ਇਹ ਤਾਂ ਫਿਰ ਸਾਰੀ ਉਤਰ ਜੂਗੀ, ਹਨਾ। ਇਸ ਕਰਕੇ ਇਹਨੂੰ ਇੱਦਾਂ ਨਾ ਸਮਝੋ ਕਿ ਇਹ ਇੱਕ ਡਾਈ ਹੈ, ਇਹਨੂੰ ਸਮਝੋ ਕਿ ਇੱਕ ਤਰ੍ਹਾਂ ਦਾ ਤੇਲ ਹੈ ਜੋ ਸਾਡੇ ਸਿਰ ਦੇ ਵਿੱਚ ਰਹਿਣਾ ਚਾਹੀਦਾ। ਜੇ ਸਾਡੇ ਸਿਰ ਦੇ ਵਿੱਚ ਉਹ ਰਹਿੰਦਾ ਹੈ ਤਾਂ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਬਲਕਿ ਸਾਨੂੰ ਉਹਦਾ ਫਾਇਦਾ ਹੋ ਰਿਹਾ, ਹਨਾ। ਤੇ ਤੁਸੀਂ ਜੇ ਨਹਾਉਣਾ ਹੈ 4-5 ਦਿਨ ਜਾਂ ਅੱਜ ਹਫ਼ਤੇ ਬਾਅਦ, ਤੇ ਉਦੋਂ ਹੀ ਤੁਸੀਂ ਉਹ ਉਤਾਰਨਾ, ਤੇ ਅਦਰਵਾਈਜ਼ ਲਾਉਣ ਦੀ ਲੋੜ ਨਹੀਂ ਹੈਗੀ। ਤੇ ਜੇ ਤੁਸੀਂ ਨਹਾਉਣਾ ਵੀ ਹੈਗਾ 4 ਦਿਨਾਂ ਬਾਅਦ 5 ਦਿਨਾਂ ਬਾਅਦ, ਤੁਸੀਂ ਨਹਾ ਲਓ, ਨਹਾ ਕੇ ਉਦੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਕਾਟਨ ਦੇ ਨਾਲ ਤੁਸੀਂ ਫੇਰ ਲਾ ਲਓ, ਜਾਂ ਗਲਵਜ਼ ਵਗੈਰਾ ਚੜਾ ਕੇ ਹੱਥ ਨਾਲ ਲਾ ਲਓ ਜਿੱਥੇ ਜਿੱਥੇ ਤੁਹਾਡੀਆਂ ਰੂਟਸ ਹੈਗੀਆਂ ਨੇ। ਤੇ ਜਿਹੜੀਆਂ ਭੈਣਾਂ ਕਲਰ ਲਾਉਣਾ ਪਸੰਦ ਕਰਦੀਆਂ ਨੇ ਦੂਜਾ ਉਹ ਲਾਈ ਜਾਣ, ਤੇ ਜਦੋਂ ਕਿਤੇ ਐਮਰਜੈਂਸੀ ਚ ਲੋੜ ਪੈਂਦੀ ਆ ਉਦੋਂ ਮਤਲਬ ਕਿ ਉਹ ਲਾ ਸਕਦੀਆਂ ਨੇ, ਤੇ ਜਿਨ੍ਹਾਂ ਨੂੰ ਬਿਲਕੁਲ ਹੀ ਸੂਟ ਨਹੀਂ ਕਰਦਾ ਕੁਛ ਤੇ ਉਹ ਇਹ ਲਾ ਸਕਦੀਆਂ ਨੇ, ਠੀਕ ਹੈ ਜੀ। ਤੇ ਇਹਦੇ ਨਾਲ ਹੌਲੀ ਹੌਲੀ ਤੁਹਾਡੇ ਵਾਲ ਬਹੁਤ ਵਧੀਆ ਲੰਬੇ ਹੋ ਜਾਣਗੇ। ਤੇ ਇੱਕ ਮੈਨੂੰ ਕਮੈਂਟ ਆਇਆ ਸੀਗਾ ਕਿ ਤੁਸੀਂ ਆਪਣੇ ਵਾਲ ਦਿਖਾਓ, ਮੇਰੀ ਦੇਖੋ ਜੀ ਪ੍ਰੋਬਲਮ ਕੁਛ ਹੋਰ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੇਰੇ ਵਾਲ ਤਾਂ ਬਹੁਤ ਲੰਬੇ ਹੁੰਦੇ ਸੀਗੇ, ਤੇ ਮੇਰੀ ਪ੍ਰੋਬਲਮ ਹੋਰ ਹੈ, ਮੈਨੂੰ ਹੈਪੇਟਾਈਟਸ ਸੀ ਦੀ ਪ੍ਰੋਬਲਮ ਹੋ ਗਈ ਸੀਗੀ, ਤੁਹਾਨੂੰ ਮੈਂ ਪਹਿਲਾਂ ਵੀ 1-2 ਵਲੌਗਸ ਦੇ ਵਿੱਚ ਦੱਸਿਆ। ਇਸ ਕਰਕੇ ਮੇਰੇ ਵਾਲ ਉਹਦੇ ਕਰਕੇ ਟੁੱਟ ਗਏ ਸੀ ਬਹੁਤ ਜ਼ਿਆਦਾ, ਪਰ ਹੁਣ ਬਹੁਤ ਸੰਭਲ ਗਏ ਨੇ ਇਹ। ਮੇਰੇ ਤਾਂ ਵਾਲਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ, ਤੇ ਹੁਣ ਇਹ ਠੀਕ ਹੋ ਰਹੇ ਨੇ, ਹੁਣ ਇਹ ਸਰਵਾਈਵ ਕਰ ਰਹੇ ਨੇ, ਤੇ ਹੁਣ ਇਹਨਾਂ ਦਾ ਫਰਕ ਜ਼ਰੂਰ ਪੈ ਜਾਣਾ, ਕਿਉਂਕਿ ਜਿੰਨਾ ਚਿਰ ਆਪਾਂ ਨੂੰ ਬਿਮਾਰੀ ਦਾ ਪਤਾ ਨਹੀਂ ਹੁੰਦਾ ਤੇ ਉਹਨਾਂ ਚਿਰ ਉਹ ਸਾਰੀ ਬੋਡੀ 'ਤੇ ਇਫੈਕਟ ਕਰੀ ਜਾਂਦੀ ਹੈ। ਜਦੋਂ ਪਤਾ ਲੱਗ ਜਾਂਦਾ ਤੇ ਆਪਾਂ ਥੋੜ੍ਹਾ ਜਿਹਾ ਅਵੇਅਰ ਹੋ ਜਾਂਦੇ ਹਾਂ, ਮੈਡੀਸਨ ਵਗੈਰਾ ਲੈਂਦੇ ਹਾਂ, ਤੇ ਹੁਣ ਆਪਾਂ ਉਹਨੂੰ ਕੰਟਰੋਲ ਕੀਤਾ ਹੋਇਆ। ਇਸ ਕਰਕੇ ਹੁਣ ਮੇਰੇ ਵਾਲ ਆ ਜਿਹੜੇ ਪਹਿਲਾਂ ਨਾਲੋਂ ਹੈਵੀ ਹੋ ਗਏ, ਤਾਂ ਬਹੁਤ ਪਤਲੇ ਹੋ ਗਏ ਸੀ ਜੀ ਵਾਲ ਮੇਰੇ, ਮੇਰੇ ਤੋਂ ਗੁੱਤ ਵੀ ਨਹੀਂ ਹੁੰਦੀ ਸੀ, ਨਾ ਤਾਂ ਇਹ ਗੁੱਤ ਹੁੰਦੀ ਸੀ ਨਾ ਜੂੜਾ ਹੁੰਦਾ ਸੀ। ਮੇਰੇ ਤਰ੍ਹਾਂ ਇੰਨੀ ਅੱਕੀ ਪਈ ਸੀਗੀ ਵੀ ਮੈਂ ਇਹਨਾਂ ਨੂੰ ਕਟਾ ਕੇ ਪੋਨੀ ਕਰਾ ਲੈਣੀ ਆ, ਹਨਾ, ਤੇ ਪਰ ਆਦੇਸ਼ ਦੇ ਪਾਪਾ ਨੂੰ ਪੋਨੀ ਜਮਾਂ ਵੀ ਪਸੰਦ ਨਹੀਂ ਸੀ, ਤੇ ਇਸ ਕਰਕੇ ਪੋਨੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਹਨਾ। ਤੇ ਫਿਰ ਇੱਕ ਦਿਨ ਆਦੇਸ਼ ਨੂੰ ਮੈਂ ਕਿਹਾ ਨਾ, ਆਦੇਸ਼ ਹੁਣ ਜਦੋਂ ਇੱਥੇ ਆਇਆ ਸੀ ਆਪਦੇ ਪਾਪਾ ਤੋਂ ਬਾਅਦ, ਇੱਕ ਦਿਨ ਮੈਂ ਕਿਹਾ ਆਦੇਸ਼ ਮੈਂ ਤਾਂ ਪੋਨੀ ਕਰਾ ਦੇਣੀ, ਉਦੋਂ ਤਾਂ ਕੁਛ ਬੋਲਿਆ ਨਾ, ਥੋੜੇ ਜਿਹੇ 1-2 ਦਿਨਾਂ ਬਾਅਦ ਕਹਿੰਦਾ ਮੰਮਾ ਤੁਸੀਂ ਪੋਨੀ ਨਾ ਕਰਾਇਓ, ਤੇ ਮੈਂ ਕਿਹਾ ਨਹੀਂ ਪੁੱਤ ਮੈਂ ਨਹੀਂ ਕਰਾਉਂਦੀ, ਮੈਂ ਤਾਂ ਐਵੇਂ ਹੀ ਕਹਿੰਦੀ ਸੀ
ਜਿਹੜੀ ਚੀਜ਼ ਤੇਰੇ ਪਾਪਾ ਨੂੰ ਨਹੀਂ ਪਸੰਦ ਸੀ, ਐ ਨਹੀਂ ਹੈਗਾ ਕਿ ਉਹ ਨਹੀਂ ਹੈਗੇ ਤੇ ਹੁਣ ਮੈਂ ਉਹ ਕਰੂੰਗੀ, ਇਹ ਕਦੇ ਵੀ ਨਹੀਂ ਹੋ ਸਕਦਾ ਵੀ ਮੈਂ ਪੋਨੀ ਕਰਾਵਾਂ, ਬਿਲਕੁਲ ਨਹੀਂ ਹੋਊਗਾ। ਤੇ ਪਰ ਹੁਣ ਮੇਰੇ ਵਾਲ ਆ ਜਿਹੜੇ ਉਹ ਪਹਿਲਾਂ ਨਾਲੋਂ ਹੈਵੀ ਹੋ ਗਏ ਨੇ, ਗੁੱਤ ਹੈਵੀ ਹੋ ਗਈ ਹੈ ਮੇਰੀ, ਤੇ ਹੁਣ ਸਹੀ ਹੋ ਜਾਣਗੇ ਕਿ ਜੇ ਆਪਾਂ ਕੇਅਰ ਕਰਾਂਗੇ, ਹੈਨਾ। ਸੋ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਕਿ ਮੇਰੀ ਪ੍ਰੋਬਲਮ ਕੁਛ ਹੋਰ ਹੈ। ਕਈ ਵਾਰੀ ਅਗਲੇ ਨੂੰ ਲੱਗਦਾ ਹੁੰਦਾ ਕਿ ਆਪਦੇ ਵਾਲ ਤਾਂ ਛੋਟੇ ਨੇ ਤੇ ਸਾਡੇ ਅਨੁਸਾਰ ਨੂੰ ਕਹਿ ਰਹੇ ਨੇ ਕਿ ਲੰਬੇ ਹੋ ਜਾਣਗੇ। ਮੇਰੀ ਪ੍ਰੋਬਲਮ ਤੁਹਾਨੂੰ ਮੈਂ ਦੱਸਦੀ ਹੈ, ਠੀਕ ਹੈ ਜੀ। ਤੇ ਬਾਕੀ ਸਾਰੇ ਲਾ ਸਕਦੇ ਨੇ ਇਹਨੂੰ, ਜੈਂਟਸ ਲਾਉਣ ਚਾਹੇ ਲੇਡੀਜ਼ ਲਾਉਣ, ਕਿਉਂਕਿ ਇਹਦਾ ਕਿਹੜਾ ਕੋਈ ਰਿਐਕਸ਼ਨ ਹੋਣਾ ਹੈ। ਦਾੜੀ ਤੇ ਲਾਉਣਗੇ ਬਹੁਤ ਈਜ਼ੀਲੀ, ਬਹੁਤ ਵਧੀਆ ਲੱਗ ਜੂ, ਹਨਾ, ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਜੈਂਟਸ ਨੇ ਤਾਂ ਰੋਜ਼ ਹੀ ਦਾੜੀ ਧੋਣੀ ਹੁੰਦੀ ਹੈ ਨਹਾਉਂਦੇ ਹੋਏ, ਤੇ ਉਹ ਤਾਂ ਡੇਲੀ ਆਰਾਮ ਨਾਲ ਲਾ ਸਕਦੇ ਨੇ ਨਹਾਉਣ ਤੋਂ ਬਾਅਦ। ਤੇ ਲਓ ਜੀ, ਹੋਰ ਜੇ ਤੁਹਾਡੇ ਕੋਈ ਸਵਾਲ ਹੋਏ। ਬਾਕੀ ਮੈਂ ਮਤਲਬ ਕਿ ਅੱਜ ਮੈਂ ਵਾਈਟ ਦੁਪੱਟਾ ਲਿਆ ਹੋਇਆ ਹੈ ਨਾ, ਮੈਂ ਸੰਸਕਾਰ ਤੇ ਗਈ ਸੀ, ਮੈਂ ਸਿਰ ਤੇ ਵੀ ਲੈ ਰੱਖਿਆ ਸੀਗਾ, ਪਰ ਇਹਨੂੰ ਕੋਈ ਵੀ ਕਲਰ ਨਹੀਂ ਲੱਗਿਆ ਹੈਗਾ, ਕਿਉਂਕਿ ਮੈਂ ਪੂੰਝ ਕੇ ਗਈ ਸੀ, ਤੁਹਾਨੂੰ ਦਿਖਾਇਆ ਸੀਗਾ ਕਿ ਮੈਂ ਸਾਰਾ ਕੱਪੜੇ ਦੇ ਨਾਲ ਉੱਪਰੋਂ ਉੱਪਰੋਂ ਸਾਫ਼ ਕਰਤਾ ਸੀ, ਤੇ ਤਾਂ ਕਰਕੇ ਮੇਰੇ ਦੁਪੱਟੇ ਨੂੰ, ਵਾਈਟ ਦੁਪੱਟੇ ਨੂੰ ਵੀ ਕਲਰ ਨਹੀਂ ਚੜਿਆ ਹੈਗਾ, ਠੀਕ ਹੈ ਜੀ। ਸੋ ਵਧੀਆ ਚੀਜ਼ ਹੈਗੀ ਹੈ, ਲਾ ਸਕਦੇ ਹੋ ਤੁਸੀਂ, ਬੇਫਿਕਰ ਹੋ ਕੇ ਲਾਓ, ਆਪਣੇ ਵਾਲ ਵਧਾਓ, ਵਾਲਾਂ ਨੂੰ ਸੋਹਣੇ ਸੋਹਣੇ ਬਣਾਓ, ਸ਼ਾਈਨ ਵੀ ਕਰਨਗੇ ਔਰ ਲੰਬੇ ਵੀ ਹੋਣਗੇ, ਹੈਵੀ ਵੀ ਹੋਣਗੇ, ਠੀਕ ਹੈ ਜੀ। ਤੇ ਸਾਡੇ ਨਾ ਪਾਪਾ ਜੀ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਕਿ ਲੰਬੇ ਵਾਲ ਹੋਣੇ ਚਾਹੀਦੇ ਆ, ਲੰਬੇ ਵਾਲ ਆ ਕਹਿੰਦੇ ਸੀ, ਲੇਡੀਜ਼ ਦਾ ਸ਼ਿੰਗਾਰ ਹੁੰਦਾ, ਪਾਪਾ ਜੀ ਨੂੰ ਬਹੁਤ ਜ਼ਿਆਦਾ ਸ਼ੌਕ ਸੀ। ਤੇ ਉਹਨਾਂ ਨੇ ਨਾ ਜਿਹੜੀ ਵੀ ਐਡ ਦੇਖ ਲੈਣੀ ਟੀਵੀ ਦੇ ਵਿੱਚ, ਉਹਦੇ ਹੀ ਕਹਿ ਦੇਣਾ, ਕੁੜੀਓ ਆਵਲ ਤੇਲ ਲਾਇਆ ਕਰੋ, ਤੇ ਇਹਦੇ ਨਾਲ ਵਾਲ ਲੰਬੇ ਹੋ ਜਾਂਦੇ ਆ। ਹਾਂ, ਪਾਪਾ ਜੀ ਨੂੰ ਬਹੁਤ ਜ਼ਿਆਦਾ ਸ਼ੌਕ ਸੀ। ਐਕਚੁਅਲੀ ਜਿਹੜੇ ਵਾਲ ਹੁੰਦੇ ਨੇ ਨਾ, ਇਹ ਆਪਣਾ ਮਤਲਬ ਕਿ ਸੁਹੱਪਣ ਦੇ ਵਿੱਚ ਐਡ ਹੁੰਦੇ ਨੇ, ਹਨਾ, ਸੋਹਣੀ ਲੱਗਦੀ ਆ ਲੰਬੀ ਗੁੱਤ, ਤੇ ਲਾਓ ਜੀ ਤੁਸੀਂ। ਬਾਕੀ ਯੰਗ ਕੁੜੀਆਂ ਮੁੰਡੇ ਜੇ ਲਾਉਣਗੇ, ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ, ਹੁਣ ਜਿਵੇਂ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਾਈਟ ਹੇਅਰ ਆਏ ਹੋਏ ਨੇ, ਸੋ ਉਹਨਾਂ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈਗੀ ਆ, ਪਰ ਆਪਣੇ ਲਈ ਵੀ ਆ, ਕਿਉਂਕਿ ਜਦੋਂ ਆਪਾਂ ਕੈਮੀਕਲ ਸਿਰ 'ਚ ਲਾਈ ਜਾਂਦੇ ਹਾਂ ਤਾਂ ਜੇ ਇੱਕ ਵਾਲ ਹੁੰਦਾ ਤਾਂ ਚਾਰ ਹੋਰ ਚਿੱਟੇ ਹੋ ਜਾਂਦੇ ਨੇ ਨਾਲ, ਤੇ ਜਿੰਨੇ ਕੁ ਬੱਚੇ ਨੇ ਉਹਨਾਂ ਨੂੰ ਤਾਂ ਆਪਾਂ ਬਚਾ ਲਈਏ। ਲਓ ਜੀ, ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ, ਤੇ ਫੁਲਕੇ ਵੀ ਗੱਲਾਂ ਕਰਦੀ ਕਰਦੀ ਮੇਰੇ ਬਣ ਗਏ ਨੇ, ਤੇ ਦਾਲ ਵੀ ਆਪਣੀ ਬਣ ਗਈ ਹੈ, ਹੁਣ ਆਪਾਂ ਖਾਂਦੇ ਹਾਂ ਰੋਟੀ ਤੇ ਵਲੌਗ ਦਾ ਕਰਦੇ ਹਾਂ ਇੱਥੇ ਐਂਡ। ਤੇ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਤਾ ਕਿ ਮੈਂ ਮੇਰੇ ਵਾਲ ਕਿਸ ਤਰ੍ਹਾਂ ਬਲੈਕ ਪਏ ਸੀ ਜਦੋਂ ਮੈਂ ਰਾਤ ਨੂੰ ਲਾ ਕੇ ਪੈ ਗਈ ਸੀ, ਫਿਰ ਮੈਂ ਵਾਲ ਧੋਏ, ਫਿਰ ਤੁਹਾਨੂੰ ਵਾਈਟ ਵੀ ਦਿਖਾਏ, ਉਸ ਤੋਂ ਬਾਅਦ ਮੈਂ ਫੇਰ ਲਾਇਆ ਤੇ ਫਿਰ ਬਿਲਕੁਲ ਬਲੈਕ ਨੇ ਇਹ। ਅੱਜ ਮੈਂ ਕੋਈ ਵੀ ਕੈਮੀਕਲ ਵਾਲਾ ਕਲਰ ਆ ਜਿਹੜਾ ਉਹ ਨਹੀਂ ਲਾਇਆ, ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਅਵੋਇਡ ਕਰਦੀ ਰਹਾਂ ਕੈਮੀਕਲ ਨੂੰ, ਠੀਕ ਹੈ ਜੀ। ਤੇ ਚਲੋ ਜੀ, ਠੀਕ ਹੈ, ਤੁਸੀਂ ਵੀ ਰੋਟੀਆਂ ਬਣਾਓ ਤੇ ਖਾਓ, ਅਸੀਂ ਵੀ ਖਾਂਦੇ ਹਾਂ, ਤੇ ਚਲੋ ਹੁਣ ਮੈਂ ਵਲੌਗ ਦਾ ਕਰਦੀ ਹਾਂ ਜੀ ਇੱਥੇ ਐਂਡ। ਪਸੀਨਾ ਬਹੁਤ ਜ਼ਿਆਦਾ ਆਇਆ ਪਿਆ ਅੱਜ, ਬਹੁਤ ਜ਼ਿਆਦਾ ਗਰਮੀ ਆ, ਤੇ ਫਿਰ ਕੱਲ੍ਹ ਨੂੰ ਮਿਲਾਂਗੇ ਕੋਈ ਹੋਰ ਨਵਾਂ ਵਲੌਗ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।